ਸੁਖਬੀਰ ਸਿੰਘ ਰਾਠੋਰ। ਕੀ ਗੱਲ ਹੋਈ ਹੈ ਜੀ ਅੱਜ ਤੁਸੀਂ ਉਰੇ ਖੜੇ? ਇਹ ਕਹਿੰਦੇ ਜੀ ਵੀ ਪਤਾ ਲੱਗਿਆ ਵੀ ਹੁਣ ਸ਼ਾਮ ਨੂੰ ਵੀ ਇਹਨਾਂ ਨੇ ਸਰਪੰਚੀ ਦੇ ਜਿੰਨੇ ਵੀ ਆਪਣੇ ਕੈਂਡੀਡੇਟਾਂ ਦੇ ਕਾਗਜ਼ ਭਰੇ ਤੇ ਸਾਰਿਆਂ ਨੇ ਰੱਦ ਕਰਾ ਕੇ ਆਪ ਕੈਂਡੀਡੇਟ ਦਾ ਅਨਾਊਂਸ ਕਰਤਾ ਕਿ ਅਸੀਂ ਸਰਪੰਚੀ। ਕੌਣ ਬਣਿਆ ਜੀ, ਕੀ ਨਾਮ ਹੈ ਜੀ ਉਹਨਾਂ? ਦਲਜੀਤ ਸਿੰਘ ਜੀ। ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਕਾਗਜ਼ ਕਿਉਂ ਕੈਂਸਲ ਕੀਤੇ ਗਏ? ਜੀ ਕੋਈ ਨਹੀਂ, ਤੇ ਹੁਣ ਪਤਾ ਲੱਗਿਆ ਕਹਿੰਦੇ ਪੰਚਾਇਤੀ ਜ਼ਮੀਨ 'ਚ ਤੁਹਾਡਾ ਘਰ ਆ, ਓਬਜੈਕਸ਼ਨ ਲਾਇਆ ਇਹਨਾਂ ਨੇ। ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਚੀਜ਼ ਬਾਰੇ? ਨਹੀਂ ਜੀ। ਪਹਿਲਾਂ ਕਦੇ ਪਹਿਲਾਂ ਮੈਂਬਰ ਸਰਪੰਚੀ ਲੜੀ ਜੀ ਤੁਹਾਨੂੰ? ਨਹੀਂ ਜੀ, ਪਹਿਲਾਂ ਨਹੀਂ ਲੜੀ। ਕਿਵੇਂ ਮੰਨਦੇ ਹੋ ਚੀਜ਼ ਨੂੰ ਅੱਜ ਦੇਖਦੇ ਜੀ? ਇਹਦਾ ਬਹੁਤ ਧੱਕਾ ਹੋਈ, ਸਾਰੇ ਪਿੰਡ ਵਾਲੇ ਧੱਕਾ ਹੈ ਜੀ, ਲੋਕ ਨਹੀਂ ਇਹਨਾਂ ਨੂੰ ਸਰਪੰਚ ਮੰਨਦੇ। ਤੇ ਅਗਰ ਗੱਲ ਕਰੀਏ ਤਾਂ ਫਿਰ ਤੁਹਾਡੀ ਆਉਣ ਵਾਲੇ ਦਿਨਾਂ 'ਚ ਕਿਵੇਂ ਦੇਖਦੇ ਚੀਜ਼ਾਂ ਲਈ ਵੀ ਕਿਵੇਂ ਦੇਖਦੇ? ਇਹਦਾ ਆਉਣ ਵਾਲੇ ਸਮੇਂ ਤਾਂ ਇਹਨੇ ਸਰਕਾਰ ਖਤਮ ਆ ਜੀ, ਜੇ ਇਦਾਂ ਹੀ ਧੱਕਾ ਚੱਲਦਾ ਰਿਹਾ ਪੰਜਾਬ 'ਚ ਇਹਦਾ ਸਰਕਾਰ ਇਹਨਾਂ ਦੀ ਖਤਮ ਆ ਜੀ। ਤੁਹਾਨੂੰ ਕਦੋਂ ਪਤਾ? ਹਰੇਕ ਬੰਦੇ ਨਾਲ ਧੱਕਾ ਕਰਦੇ ਜੀ, ਨਜਾਇਜ਼ ਜੇ ਧੱਕਾ ਕਰਦਾ ਜੇ ਕੋਈ ਬੋਲਦਾ ਜੀ ਉਹਦੇ ਨਾਲ, ਪਹਿਲਾਂ ਅੰਮ੍ਰਿਤਪਾਲ ਨਾਲ ਕਿੰਨਾ ਧੱਕਾ ਕਰਿਆ ਜੀ ਇਹਨਾਂ ਨੇ। ਗੱਲ ਕਰੀਏ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਇਸ ਚੀਜ਼ ਬਾਰੇ? ਸ਼ਾਮ ਨੂੰ ਪਤਾ ਲੱਗਿਆ ਜੀ ਮੈਨੂੰ, 4 ਵਜੇ। ਇਹ ਨਾਲੇ ਸੁਣਨ 'ਚ ਆ ਰਹੇ ਵੀ 3 ਵਜੇ ਤੁਹਾਡੇ ਪਿੰਡ ਡੀ ਜੇ ਸਾਊਂਡ ਵੱਜਣ ਵਗੈਰਾ ਲੱਗ ਗਏ ਸੀ, ਕੀ ਕਾਰਨ? ਹਾਂਜੀ ਹਾਂਜੀ, ਉਹੀ ਜੀ ਵੀ ਕਹਿੰਦਾ ਨੇ ਵੀ ਆਪਦੇ ਮੈਂਬਰ ਚੁਣ ਲੈਣੇ, ਸਾਰੇ ਮੈਂਬਰਾਂ ਦੇ ਕਾਗਜ਼ ਰੱਦ ਕਰ ਦਿੱਤੇ ਨੇ ਅਤੇ ਜਿੰਨੇ ਸਰਪੰਚੀ ਦੇ ਕੈਂਡੀਡੇਟ ਤੇ ਉਹਨਾਂ ਦੇ ਕਾਗਜ਼ ਰੱਦ ਕਰਕੇ ਵੀ ਆਪ ਵੀ ਅਸੀਂ ਸਰਪੰਚ ਬਣ ਚੁੱਕੇ ਹਾਂ। ਕਿਹਾ ਜਾਂਦਾ ਵੀ ਸਰਬਸੰਮਤੀ ਚੁਣ ਲਈ ਗਈ ਹੈ ਪੋਸਟਾਂ ਪਈ, ਕਿਸੇ ਨੂੰ ਪੁੱਛਿਆ ਨਹੀਂ ਗਿਆ ਜੀ ਪਿੰਡ 'ਚ, ਕਿਸੇ ਵੀ ਬੰਦੇ ਨੂੰ ਨਹੀਂ ਪੁੱਛਿਆ ਗਿਆ ਵੀ ਸਰਬਸੰਮਤੀ ਨਾਲ ਆਪਾਂ ਸਰਪੰਚ ਚੁਣਨਾ ਜੀ। ਇਹਨਾਂ ਨਜਾਇਜ਼ ਧੱਕਾ ਕਰਿਆ ਜੀ ਪਿੰਡ ਦੇ ਲੋਕਾਂ ਨਾਲ, ਕੋਈ ਵੀ ਪਿੰਡ ਦਾ ਇਹਨਾਂ ਨੂੰ ਚਾਹੁੰਦਾ ਨਹੀਂ ਹੈਗਾ ਵੀ ਇਹ ਸਰਪੰਚ ਬਣਨ। ਅਗਲੀ ਪਿਛਲੇ 5 ਸਾਲ ਇਹ ਸਰਪੰਚ ਰਹੇ ਨੇ, ਉਦੋਂ ਵੀ ਇਹਨਾਂ ਨੇ ਬਹੁਤ ਧੱਕਾ ਕਰਿਆ, ਕੋਈ ਕੰਮ ਨਹੀਂ ਕਰਿਆ ਹੈਗਾ, ਲੋਕ ਇਹਨਾਂ ਨੂੰ ਚਾਹੁੰਦੇ ਨਹੀਂ ਹੈਗੇ ਵੀ ਇਹ ਸਰਪੰਚ ਬਣਨ। ਨਹੀਂ ਅਗਰ ਗੱਲ ਕਰੀਏ ਤਾਂ ਪਿਛਲੀ ਜਦੋਂ ਸਰਪੰਚੀ ਹੋਈ ਕਿ ਉਸ ਟਾਈਮ ਵੀ ਅਜੇ ਕੁਝ ਹੋਇਆ ਸੀ ਜੀ? ਉਦੋਂ ਕੁਝ ਨਹੀਂ ਹੋਇਆ ਗਾ ਜੀ, ਇਹ ਬਸ ਐਕਤੀ ਹੁਣ ਇਹਨੇ ਸਰਕਾਰ ਆ ਜੀ ਇਸ ਵਾਰੀ ਇਹ ਧੱਕਾ ਕਰ ਰਹੇ ਨੇ ਆਪਦੀ ਸਰਕਾਰ ਦੇ ਜ਼ੋਰ ਨਾਲ ਲੋਕਾਂ ਨੂੰ। ਪਿਛਲਾ ਸਰਪੰਚ ਕਿਹੜੀ ਪਾਰਟੀ ਦਾ ਸੀਗਾ ਜੀ? ਇਸੇ ਪਾਰਟੀ ਦਾ ਸੀ, ਚਾਰ ਪਾਰਟੀ। ਕਿਵੇਂ ਦੇਖਦੇ ਇਸ ਵਾਰ ਜਿਵੇਂ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਆਉਣ ਵਾਲੇ ਟਾਈਮ 'ਚ ਧੱਕਾ ਹੋ ਰਿਹਾ ਜਿਹੜਾ ਇਸ ਵਾਰ ਹੋ ਰਿਹਾ, ਇਹ ਤਾਂ ਕਦੇ ਵੀ ਨਹੀਂ ਹੋਇਆ ਹੈਗਾ ਜੀ। ਹੁਣ ਕੀ ਰਣਨੀਤੀ ਰਹੇਗੀ ਅੱਗੇ ਵਾਲੀ? ਹੁਣ ਰਣਨੀਤੀ ਦਾ ਜੀ ਵਿਰੋਧ ਹੋਊਗਾ ਜੀ ਜਿੰਨਾ ਵੀ ਕਰਿਆ ਜਾਊਗਾ ਜੀ। ਠੀਕ ਹੈ।